ਅੰਦਰ ਹਲੇ ਗੁੱਡ ਦੇ ਵਿੱਚ ਕਰਕੇ ਮੱਸਲ ਮੁਸਲ ਵੀ ਅੰਦਰ ਘੱਟ ਆ ਥੋੜਾ ਜਿਹਾ ਤਾਂ ਗਾ ਤੇ ਪਾਣੀ ਆਪਾਂ ਥੋੜਾ ਦੇਈਦਾ ਗਰਮੀ ਕਰਕੇ ਜ਼ਿਆਦਾ ਤਿੰਨ ਟਾਈਮ ਪਾਣੀ ਦਿੰਦਾ ਗਾ ਮੈਂ ਇੱਕ ਸਵੇਰੇ ਦੁਪਹਿਰੇ ਰਾਤ ਨੂੰ ਤਿੰਨ ਚਾਰ ਟਾਈਮ ਤਾਂ ਪਾਣੀ ਦੇਣਾ ਹੀ ਚਾਹੀਦਾ ਬਾਬੇ ਦੇਖੋ ਹੁਣ ਗਲੀਟ ਪੂਰੀ ਵਧੀਆ ਬਣੀ ਹੋਈ ਆ ਬੱਚੇ ਦੀ ਫੁੱਲ ਹੈਲਦੀ ਆਪਾਂ ਕਹਿੰਦੇ ਜਿਹਨੂੰ ਫੁੱਲ ਹੈਲਦੀ ਆ ਹੁਣ ਉਹ ਬੱਚਾ ਹੈਗਾ ਪੂਰੇ ਹੈਲਦੀਆਂ 'ਚ ਆਉਂਦਾ ਗਾ ਆਈ ਨਹੀਂ ਹੈਗਾ ਜਾਣੀ ਕਿਸੇ ਪਾਸੇ ਮਾਰ ਖਾਊ ਬੱਚਾ ਆਪਣਾ ਨਹੀਂ ਹੱਡੀ ਵੀ ਥੱਲੋਂ ਪੂਰੀ ਫਿੱਟ ਆ ਲਓ ਭਰੀ ਹੋਈ ਆ ਬਾਬੇ ਦੀ ਕਿਰਪਾ ਨਾਲ ਵੀ ਹੱਡੀ ਵਾਲੇ ਹੁਣ ਤਾਂ ਜਾਣੀ ਵਧੀਆ ਪੱਲੇ ਪੁੱਲੇ ਮਾਰ ਲੱਗ ਗਿਆ ਵੀ ਹੈਗਾ ਦੱਸਦਾ ਗਾ ਜਾਣੀ ਮੈਂ ਹੈਗਾ ਹਾਂ ਮੈਨੂੰ ਪਲਿਆ ਹੋਇਆ ਮੈਂ ਆਪਦੇ ਆਪ ਨੂੰ ਕਹਿੰਦਾ ਹੈਗਾ ਚੱਕਰ ਆਇਆ ਆਪਾਂ ਦਾਣੇ ਪਾਣੀ ਵਧੀਆ ਦੇਈ ਸੀ ਜਿਹਦਾ ਮੂੰਹ ਨਾਲ ਬਹੁਤ ਛੇਤੀ ਦਿੱਤਾ ਜਾਂਦਾ ਦਾਣਾ ਪਾਣੀ ਉਹਦੇ ਕਰਕੇ ਢਿੱਡ ਭਰਿਆ ਰਹਿੰਦਾ ਗਾ ਪਾਣੀ ਦੇਈ ਜਾਂਦੇ ਹਾਂ ਵਧੀਆ ਅੰਦਰ ਖੂਨ ਬਣੀ ਜਾਂਦਾ ਬੱਚੇ ਦੇ ਹੈਲਦੀ ਹੋਈ ਜਾਂਦੇ ਬਾਕੀ ਬੱਚੇ ਤਿੰਨ ਨੇ ਉਹ ਵੀ ਪੂਰੇ ਵਧੀਆ ਨੇ ਬਸ ਥੋੜ੍ਹਾ ਜਿਹਾ ਇੱਕ ਮਾਰ ਰਹਿ ਗਿਆ ਸੀਗਾ ਅਤੇ ਹੁਣ ਤਾਂ ਜਾਣੀ ਬਾਬੇ ਦੀ ਕਿਰਪਾ ਨਾਲ ਉਹ ਵੀ ਸੈੱਟ ਹੋ ਗਿਆ ਅੱਗੇ ਨਾਲ ਬਹੁਤ ਫਰਕ ਪੈ ਗਿਆ ਉਹ 'ਚ ਵੀ
ਹਾਂਜੀ ਬਾਬੇ ਜਮਾਂ ਹੁਣ ਕਲੀਅਰ ਹੈ ਓਕੇ ਯਾਰ ਰੱਜ ਗਏ ਪਾਣੀ ਵੀ ਦੇ ਤਾ ਆਪਾਂ ਪੇਟੂ ਫੁੱਲ ਦਾਣੇ ਵੀ ਦੇ ਤੇ ਲੱਠੇ ਵਰਗੇ ਕੀਤੇ ਪਏ ਨੇ ਉਹ ਵੀ ਬਾਈ ਹੁਣ ਜਾਣੀ ਕਹਿਣ ਦਾ ਮਤਲਬ ਇਹ ਨਿੱਕੇ ਹੁੰਦੇ ਨਾ ਦਵਾਈ ਦਵੂਈ ਤੇ ਕਰ ਲਈਏ ਨਾ ਬੱਚੇ ਬਿਮਾਰ ਹੋ ਜਾਂਦੇ ਆਪਾਂ ਮੈਡੀਕਲ ਦੇਈ ਜਾਂਦੇ ਨਿੱਕੇ ਨੂੰ ਵੀ ਉਹਦਾ ਕੋਈ ਫਾਇਦਾ ਨਹੀਂ ਹੁਣ ਕੇਰੇ ਨੂੰ ਆਪਦੇ ਹੱਥ ਨਾਲ ਮੈਂ ਪਾਲ ਕੇ ਵਧੀਆ ਰਾਜੀ ਕਰ ਲੈਣੇ ਆ ਉਹ ਤੋਂ ਬਾਅਦ 'ਚ ਜਦੋਂ ਆਪਦੇ ਨਾਲ ਜੁਗਣ ਲੱਗ ਗਏ ਇਸ ਵਜ੍ਹਾ ਨਾਲ ਆਪਦਾ ਸਰੀਰ ਆਪ ਹੀ ਫਿੱਟ ਕਰਨਾ ਹੌਲੀ ਹੌਲੀ ਹੁਣ ਜਾਣੀ ਵਧੀਆ ਆਪਾਂ ਮਹੀਨੇ ਤੱਕ ਹੋ ਜਾਣਗੇ ਮਹੀਨੇ ਦੇ ਉਦੋਂ ਬਾਅਦ ਨੇ ਆਪੇ ਜਾਣਾ ਜੁਗਣ ਲੱਗ ਜਾਣਾ ਹੈਗਾ ਐਡਾ ਢਿੱਡਾ ਹੁਣ ਲਾ ਲਓ ਸਾਹਿਬ ਜੇ ਕਬੂਤਰ ਰਾਜੀ ਹੋਊਗਾ ਬਾਜੀ 'ਤੇ ਵੀ ਵੱਧ ਪਾਣੀ ਲੈ ਕੇ ਚੜ੍ਹਦਾ ਹੈਗਾ